ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਸੀ, ਬ੍ਰਿਟਿਸ਼ ਜਿਹੜਾ ਐਮਪਾਇਰ ਸੀ ਦੁਨੀਆ ਦਾ ਸਭ ਤੋਂ ਵੱਡਾ ਐਮਪਾਇਰ ਸੀ, ਔਰ ਇਹਦੇ ਰਾਜ ਦੇ ਵਿੱਚ ਸੂਰਜ ਨਹੀਂ ਕਦੇ ਡੁੱਬਦਾ ਸੀ। ਲੇਕਿਨ ਸਾਡੇ ਜੈਤੋ ਦਾ ਜਿਹੜਾ ਮੋਰਚਾ ਸੀ, ਪੰਜਾਬੀਆਂ ਨੇ ਗੁਰਸਿੱਖਾਂ ਨੇ ਇਸ ਜਾਬਤੇ ਨਾਲ, ਇਸ ਤਰੀਕੇ ਨਾਲ, ਇਸ ਦੂਰਅੰਦੇਸ਼ੀ ਨਾਲ, ਇੰਨੀ ਗੁਰੂ ਦੀ ਕਿਰਪਾ ਸੀ, ਉਹਨਾਂ ਨੂੰ ਵੀ ਗੋਡਰੀਆਂ ਕਰ ਲਿਆ ਸੀ। ਅਤੇ ਮਹਾਤਮਾ ਗਾਂਧੀ ਨੂੰ ਵੀ ਚਿੱਠੀ ਲਿਖ ਕੇ ਕਹਿਣਾ ਪਿਆ ਸੀ ਵੀ ਆਜ਼ਾਦੀ ਦੀ ਤੁਸੀਂ ਪਹਿਲੀ ਲੜਾਈ ਜਿੱਤ ਲਈ ਹੈ। ਔਰ ਇਹਦਾ ਜਿਹੜਾ ਸਭ ਤੋਂ ਵੱਡਾ ਕਾਰਨ ਸੀ ਇਸ ਮਹਾਰਾਜਾ ਨਾਭਾ ਦੇ ਕਰਕੇ ਸੀ। ਸੋ ਹੁਣ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਉਹ ਹਕੂਮਤ ਗੋਡਨੀਆਂ ਕਰ ਲਈ ਸੀ ਜਿਹਦਾ ਸੂਰਜ ਨਹੀਂ ਕਦੇ ਡੁੱਬਦਾ ਸੀ, ਤੁਸੀਂ ਤਾਂ ਆਪ ਡੁੱਬਣ ਵਾਲੇ ਹੋ ਮੋਦੀ ਸਾਹਿਬ, ਸਮਝੋ। ਔਰ ਜਿਹੜਾ ਕਿਸਾਨ ਹੈ, ਇਕੱਲਾ ਪੰਜਾਬ ਦਾ ਕਿਸਾਨ ਨਹੀਂ ਹੈ, ਇਹ ਦੇਸ਼ ਦੇ ਕਿਸਾਨ ਦੀ ਲੜਾਈ ਲੜ ਰਿਹਾ ਪੰਜਾਬ ਦਾ ਕਿਸਾਨ। 13 ਦਿਨ ਹੋ ਗਏ ਬੈਠਿਆਂ ਨੂੰ, ਕਿਸਾਨਾਂ ਨੂੰ ਕੇਂਦਰ ਟਸ ਤੋਂ ਮਸ ਨਹੀਂ ਹੋ ਰਿਹਾ ਜੀ, ਕਿਵੇਂ ਦੇਖਦੇ ਹੋ? ਉਹ ਟਸ ਵੀ ਹੋਊਗਾ ਤੇ ਮਸ ਵੀ ਹੋਊਗਾ, ਉਸ ਹਿਸਟਰੀ ਪੜਾ ਦਈਏ ਉਹਨਾਂ ਨੂੰ, ਆ ਜੈਤੋ ਦੇ ਮੋਰਚੇ ਦੀ ਹਿਸਟਰੀ ਪੜਾ ਦਈਏ। ਪ੍ਰਿਤਪਾਲ ਤੋਂ ਲੈ ਕੇ ਜਿਹੜਾ ਜਾ ਰਿਹਾ ਕਿ ਤੁਹਾਨੂੰ ਲੱਗਦਾ ਵੀ ਸਰਕਾਰਾਂ ਦੀ ਪਰਜ ਦਿੱਤੀ ਜਾ ਰਹੀ ਹੈ ਵੀ ਉਧਰ ਚੋਣ ਜਾਬਤਾ ਵੀ ਲੱਗੂਗਾ, ਉਸ ਤੋਂ ਬਾਅਦ ਲੱਗਦਾ ਵੀ ਕੋਈ ਹੱਲ ਹੋਊਗਾ ਕੋਈ, ਕਿਉਂਕਿ ਚੋਣ ਜਾਬਤਾ ਬਾਅਦ ਲੱਗਦਾ ਕੋਈ ਇਦਾਂ ਦੇ ਕੋਈ ਫੈਸਲੇ ਜਿਹੜੇ ਨਹੀਂ ਲਿੱਤੇ ਜਾ ਸਕਦੇ? ਜਿਹੜਾ ਪਾਵਰ ਦਾ ਨਸ਼ਾ ਹੁੰਦਾ ਨਾ ਜੋ ਕਿਸੇ ਵੀ ਨਸ਼ੇ ਨਾਲ ਖਤਰਨਾਕ ਹੁੰਦਾ, ਹੁਣ ਮਦਮਸਤ ਹੋਏ ਵੇ ਆ ਉਹ ਪਾਵਰ ਦੇ ਨਸ਼ੇ 'ਚ, ਅਤੇ ਆ ਜੂਗਾ ਥੱਲੇ। ਲੈ ਕੇ ਜਿਹੜਾ ਸ਼ਿਫਟ ਕੀਤਾ ਗਿਆ ਕਾਫੀ, ਉਹਦੀ ਜਿਹੜੀ ਹਾਲਤ ਹੈ ਦੱਸੀ ਜਾ ਰਹੀ, ਕਿੱਦਾਂ ਦੇਖਦੇ? ਮੈਨੂੰ ਇਹ ਵੀ ਪਤਾ ਲੱਗਿਆ ਮੀਡੀਆ ਦੇ ਰਾਹੀਂ, ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇੱਕ ਦੋ ਹੋਰ ਨੇ ਨੌਜਵਾਨ ਜਿਹੜੇ ਉਹ ਇੱਧਰੋਂ ਚਾਕੇ ਲਗਾਏ। ਸੋ ਮੈਂ ਹਰਿਆਣਾ ਸਰਕਾਰ ਨੂੰ ਇਹ ਕਹਿੰਦਾ, ਖੱਟਰ ਸਾਹਿਬ ਨੂੰ, ਤੁਹਾਡੇ ਨਾਲ ਤਾਂ ਲੜਾਈ ਕੋਈ ਨਹੀਂ, ਲੜਾਈ ਤਾਂ ਕੇਂਦਰ ਸਰਕਾਰ ਨਾਲ ਹੈ। ਸਾਡੇ ਨੌਜਵਾਨ ਜਿਹੜੇ ਤੁਸੀਂ ਚੱਕ ਕੇ ਲਗਾਏ ਹੋ, ਜਿਹਨਾਂ ਨੂੰ ਤੁਸੀਂ ਜ਼ਖਮੀ ਕੀਤਾ ਤੁਹਾਡੇ ਗੁੰਡਿਆਂ ਨੇ, ਔਰ ਪਤਾ ਲੱਗਿਆ ਵੀ ਉਹਨਾਂ ਨੇ ਵਰਦੀ ਵੀ ਨਹੀਂ ਪਾਈ ਸੀ। ਸੋ ਇਹ ਤਾਂ ਮਤਲਬ ਇਹ ਤਾਂ ਕਾਨੂੰਨ ਦਾ ਵੀ ਅਪਮਾਨ ਹੈ, ਸੰਵਿਧਾਨ ਦਾ ਵੀ ਅਪਮਾਨ ਹੈ। ਸੋ ਉਹਨਾਂ ਦਾ ਪਤਾ ਦੱਸਿਆ ਜਾਵੇ ਔਰ ਉਹਨਾਂ ਨੂੰ ਚੰਡੀਗੜ੍ਹ ਸ਼ਿਫਟ ਕੀਤਾ ਜਾਵੇ, ਜਿਹੜੇ ਵੀ ਹੈਗੇ। ਹਰਿਆਣਾ ਸਰਕਾਰ ਨੇ ਤਾਂ ਕਈ ਫਸਲਾਂ 'ਤੇ MSP ਦੇ ਦਿੱਤਾ ਜੀ, ਲੱਗਦਾ ਕਿ ਸੂਬਾ ਸਰਕਾਰ ਵੀ ਦੇਵੇਗੀ। ਫਿਰ ਆਪਾਂ ਸਾਰੇ ਹਰਿਆਣੇ ਜਾ ਕੇ ਰਹਿਣ ਲੱਗ ਪੈਂਦੇ, ਇਹ ਕੋਈ ਤਰੀਕੇ, ਇਹ ਗੱਲਾਂ ਹੈ, ਗੱਲਾਂ ਨਾਲ MSP ਨਹੀਂ ਦਿੱਤੀ ਜਾਂਦੀ। ਸਰ ਸਾਨੂੰ ਲੀਗਲ ਗਰੰਟੀ ਚਾਹੀਦੀ ਹੈ, ਲੀਗਲ ਗਰੰਟੀ ਮਤਲਬ ਹਰੇਕ ਨੂੰ ਹੈ। ਅੰਬਾਨੀ ਨੂੰ ਹਰੇਕ ਗੱਲ ਦੀ ਲੀਗਲ ਗਰੰਟੀ ਹੈ, ਅਡਾਨੀ ਨੂੰ ਗਰੰਟੀ ਹੈ। ਆ ਪਿੱਛੇ ਜੇ ਸਾਈਲੋ ਬਣਾਉਣੇ ਸੀ, ਮੇਰੇ ਖਿਆਲ 1.5 ਦਰਜਨ ਦੇ ਕਰੀਬ ਸਾਈਲੋ ਸੀ, ਇੱਕੋ ਟੈਂਡਰ ਇੱਕੋ ਬੰਦੇ ਦਾ ਲੈ ਰਹੇ ਸੀ ਸਿਰਫ, ਉਹਦਾ ਰਿਲਾਇੰਸ ਵਾਲੇ ਦਾ। ਮਤਲਬ ਤੁਸੀਂ ਸਾਰਾ ਦੇਸ਼ ਵੇਚਣਾ, ਔਰ ਉਹਨੂੰ ਰੋਕਤਾ, ਹੁਣ ਉਹ ਕਿਸੇ ਨੇ ਓਬਜੈਕਟ ਕੀਤਾ ਅਤੇ ਉਹਨੂੰ ਉਹ ਟੈਂਡਰ ਰੋਕਤਾ, ਮਤਲਬ ਐਡੀ ਤਕੜੇ ਲੈਵਲ ਦੀ ਲੁੱਟ ਹੈ। ਸੋ ਲੁੱਟ ਬੰਦ ਕਰੋ, ਹਿੰਦੁਸਤਾਨ ਨੂੰ ਪਹਿਲਾਂ ਮੁਗਲਾਂ ਤੋਂ ਅਸੀਂ ਅੱਗੇ ਲੱਗ ਕੇ ਕੁਰਬਾਨੀਆਂ ਦੇ ਕੇ ਬਚਾਇਆ, ਫਿਰ ਅੰਗਰੇਜ਼ਾਂ ਤੋਂ ਛਡਾਇਆ, ਅੱਜ ਚੀਨ ਤੋਂ ਹੋਰ ਦੁਸ਼ਮਣ ਦੇਸ਼ਾਂ ਤੋਂ ਸਾਡੇ ਬੱਚੇ, ਸਾਡੇ ਕਿਸਾਨਾਂ ਦੇ, ਇਕੱਲੇ ਪੰਜਾਬ ਦੇ, ਸਾਰੇ ਦੇਸ਼ ਦੇ ਕਿਸਾਨਾਂ ਦੇ ਬੱਚੇ ਹੀ ਜਾਂਦੇ ਜਿਹੜੇ ਆਰਮੀ 'ਚ, ਅਸੀਂ ਉੱਥੇ ਜਾ ਗੋਲੀਆਂ ਖਾਂਦੇ ਹਾਂ। ਸੋ ਦੇਸ਼ ਜਾਗ ਚੁੱਕਿਆ, ਹੁਣ ਇਹ ਤੁਸੀਂ ਇਹ ਲੁੱਟ ਹੈ, ਬੰਦ ਹੋਊਗੀ। ਵਿਦੇਸ਼ਾਂ ਦੀ ਗੱਲ ਕੀਤੀ ਜਾਵੇ, ਨੌਜਵਾਨ ਬੜੇ ਜਾ ਰਹੇ, ਤੁਹਾਨੂੰ ਲੱਗਦਾ ਲਗਾਤਾਰ ਮੌਤਾਂ ਹੋ ਰਹੀਆਂ ਨੇ, ਅੱਜ ਵੀ ਜਿਹੜੀਆਂ 2 ਮੌਤਾਂ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਦੇ ਹੋਈਆਂ ਨੇ, ਤੁਹਾਨੂੰ ਲੱਗਦਾ ਇਹ ਸਟ੍ਰੈਸ ਦਾ ਜਿਹੜਾ ਕਾਰਨ ਬਣ ਰਿਹਾ ਵੀ ਤੁਹਾਨੂੰ ਲੱਗਦਾ ਪੰਜਾਬ ਸਰਕਾਰ ਇਸ ਪ੍ਰਤੀ ਕੋਈ ਕੁਛ ਕਰ ਰਹੀ ਹੈ, ਕੋਈ ਸੈਮੀਨਾਰ ਵਗੈਰਾ ਜਾਂ ਵਿਦੇਸ਼ 'ਚ ਮੁੰਡੇ ਨਾ ਜਾਣ ਕੋਈ? ਉਹ ਤਾਂ ਸਾਡੇ ਮੀਰੇ ਕਾਰਵਾਂ ਭਗਵੰਤ ਮਾਨ ਜੀ ਲੱਗੇ ਹੋਏ ਆ, ਦਿਨ ਰਾਤ ਲੱਗੇ ਹੋਏ ਆ, ਔਰ ਪੰਜਾਬ ਵਿੱਚ ਐਸਾ ਮਾਹੌਲ ਬਣਾ ਰਹੇ ਕਿ ਸਾਡੇ ਜਿਹੜੇ ਬੱਚੇ ਇੱਥੇ ਰਹਿ ਕੇ ਕੰਮ ਕਰਨ, ਸਾਡੀ ਆਉਣ ਵਾਲੀ ਜਨਰੇਸ਼ਨ ਸਾਡੇ ਪੰਜਾਬ ਨੂੰ ਸਾਂਭੇ, ਹੋਰ ਕੋਈ ਕਿਉਂ ਆਵੇ ਇੱਥੇ ਵੀ? ਸੈਸ਼ਨ ਜਿਹੜਾ ਜਲਦੀ ਸ਼ੁਰੂ ਹੋਣਾ, ਕਿਸਾਨਾਂ ਵਾਸਤੇ ਕੋਈ ਸਪੈਸ਼ਲ ਐਲਾਨ ਹੋ ਸਕਦਾ? ਇਹ ਜਿਹੜਾ ਬਿਜ਼ਨਸ ਆ ਨਾ ਜੀ, ਇਹ ਬਿਜ਼ਨਸ ਐਡਵਾਈਜ਼ਰੀ ਕਮੇਟੀ 'ਚ ਡਿਸਾਈਡ ਹੁੰਦਾ, ਉਹ 1 ਤਰੀਕ ਤੋਂ ਬਾਅਦ ਮੀਟਿੰਗ ਕਰਾਂਗੇ, ਉਹਦੇ 'ਚ ਹੋ ਜਾਵੇ।